ਕੱਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਵਾਲੀਆ ਰੇਡੀਓ ਆਰਜੀਆਰ ਸੈੱਲ। ਅੱਜ ਆਪਾਂ ਗੱਲ ਕਰਾਂਗੇ ਝੋਨੇ ਬਾਰੇ ਕੁਝ ਖਾਸ ਨੁਕਤੇ। ਦੋਸਤੋ ਸਭ ਤੋਂ ਪਹਿਲਾਂ ਝੋਨੇ ਦੀ ਚੰਗੀ ਪੈਦਾਵਾਰ ਲਈ ਆਪਾਂ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਜਿਨ੍ਹਾਂ ਵਿਚ ਸਭ ਤੋਂ ਪਹਿਲਾਂ ਆਪਾਂ ਪਾਣੀ ਦੀ ਬਚਤ ਦਾ ਵੀ ਧਿਆਨ ਰੱਖਣਾ ਹੈ। ਇਸ ਲਈ ਆਪਾਂ ਨੂੰ ਪੀਆਰ ਵਰਾਇਟੀ ਜੋ ਘੱਟ ਸਮੇਂ ਵਾਲੀਆਂ ਹਨ ਉਹ ਬੀਜਣੀਆਂ ਚਾਹੀਦੀਆਂ ਹਨ। ਨੰਬਰ ਦੋ ਤੇ ਗੱਲ ਆ ਜਾਂਦੀ ਹੈ ਦੋਸਤੋ ਪੂਸਾ 44 ਦੀ। ਇਹ ਜਿਹੜੀ ਕਿਸਮ ਹੈ ਇਹ 15-20% ਜ਼ਿਆਦਾ ਪਾਣੀ ਮੰਗਦੀ ਹੈ ਅਤੇ 1-2 ਸਪਰੇਹਾਂ ਆਪਾਂ ਨੂੰ ਜ਼ਿਆਦਾ ਕਰਨੀਆਂ ਪੈਂਦੀਆਂ ਹਨ ਕੀਟਨਾਸ਼ਕਾਂ ਦੀਆਂ, ਜਿਸ ਦੇ ਨਾਲ ਕਿ ਆਪਣੀ ਕੁੱਲ ਬੱਚਤ ਜਾਂ ਕੁੱਲ ਆਮਦਨ ਕਹਿ ਸਕਦੇ ਹੋ ਉਸ ਵਿੱਚ ਘਾਟਾ ਹੋ ਜਾਂਦਾ ਹੈ। ਸੋ ਇਸ ਲਈ ਪੂਸਾ 44 ਬੀਜਣ ਤੋਂ ਗੁਰੇਜ਼ ਕਰੋ। ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਦੋਸਤੋ, ਮੈਂ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਜਿਸ ਵਿੱਚ ਮੈਂ ਲੇਜ਼ਰ ਲੈਵਲਿੰਗ ਟੈਕਨੀਕ ਬਾਰੇ ਦੱਸਿਆ ਸੀ, ਉਹ ਜ਼ਰੂਰ ਵਰਤੋ। ਇਸ ਦੇ ਨਾਲ ਕੀ ਹੈ ਪਾਣੀ ਦੀ ਸਹੀ ਐਫੀਸ਼ੀਐਂਸੀ ਜਾਂ ਪਾਣੀ ਦੀ ਸਹੀ ਤਰ੍ਹਾਂ ਨਾਲ ਵਰਤੋਂ ਹੁੰਦੀ ਹੈ ਖੇਤ ਵਿੱਚ। ਮੈਂ ਪਹਿਲਾਂ ਵੀ ਦੱਸਿਆ ਸੀ ਕਿ 10-25% ਤੱਕ ਪਾਣੀ ਘੱਟ ਲੱਗਦਾ ਜਿੱਥੇ ਲੇਜ਼ਰ ਲੈਵਲਰ ਲੱਗਿਆ ਹੋਵੇ ਅਤੇ 1 ਸਾਰ ਲੱਗਦਾ ਹੈ। ਸੋ ਉਸ ਤੋਂ ਅਗਲੀ ਗੱਲ ਆ ਜਾਂਦੀ ਹੈ ਦੋਸਤੋ ਸਮੇਂ ਸਿਰ ਬਿਜਾਈ ਦੀ। ਜਿਹੜੀ ਨਰਸਰੀ ਹੈ 15 ਮਈ ਤੋਂ ਸ਼ੁਰੂ ਹੋ ਜਾਣੀ ਚਾਹੀਦੀ ਹੈ ਅਤੇ ਬਿਜਾਈ ਇਹਦੀ 15 ਜੂਨ ਤੱਕ ਤੋਂ ਹੀ ਕਰਨੀ ਹੈ, ਕਿਉਂਕਿ 25-30 ਦਿਨ ਦੀ ਨਰਸਰੀ ਬਹੁਤ ਹੀ ਢੁਕਵੀਂ ਹੈ, ਜੋ ਕਿ ਵਧੀਆ ਝਾੜ ਦਾਣਾ ਵਧੀਆ ਹੋਏਗਾ, ਪਾਣੀ ਦੀ ਸਹੀ ਵਰਤੋਂ ਹੋਊਗੀ। ਅਤੇ ਨੰਬਰ 3 ਤੇ ਜਿਹੜਾ ਗੋਬ ਦੀ ਸੁੰਡੀ ਆ ਜਾਂਦੀ ਹੈ ਉਸ ਦੀ ਵੀ ਰੋਕਥਾਮ ਜਾਂ ਉਸ ਦੇ ਵੀ ਹਮਲਾ ਘੱਟ ਹੋਣ ਦੇ ਚਾਂਸ ਹੋ ਜਾਂਦੇ ਹਨ। ਸੋ ਅਗਲੀ ਗੱਲ ਆ ਜਾਂਦੀ ਹੈ ਕਿ ਵਧੀਆ ਝਾੜ ਵਾਲੀਆਂ ਕਿਸਮਾਂ ਜੋ ਹਨ ਉਹ ਹਨ PR 126, PR 124। ਜੇਕਰ ਇਹਨਾਂ ਦੀ ਪਨੀਰੀ 25-30 ਦਿਨ ਦੇ ਵਿੱਚ ਲਾਈ ਜਾਂਦੀ ਹੈ ਤਾਂ ਵਧੀਆ ਝਾੜ ਦਿੰਦੀਆਂ ਹਨ। ਜਿੰਨੀ ਪਨੀਰੀ ਲੇਟ ਹੋਵੇਗੀ ਪਤਰਾਲ ਵਧੇਗਾ ਅਤੇ ਝਾੜ ਘਟਣ ਦੇ ਖਾਦਸਾ ਹੋ ਜਾਂਦਾ ਹੈ। ਸੋ ਅਗਲੀ ਗੱਲ ਆ ਜਾਂਦੀ ਹੈ ਦੋਸਤੋ ਖਾਦਾਂ ਦੀ। ਖਾਦਾਂ ਇਸ ਸੀਜ਼ਨ ਦੀ ਕੋਈ ਵੀ ਫਸਲ ਹੈ, ਚਾਹੇ ਆਪਣਾ ਨਰਮਾ ਜਾਂ ਝੋਨਾ, ਦੋ ਹੀ ਮੁੱਖ ਫਸਲਾਂ ਹਨ ਪੰਜਾਬ ਦੀਆਂ, ਮਾਲਵੇ ਏਰੀਏ ਦੀਆਂ। ਸੋ ਇਸ ਵੇਲੇ ਜੋ ਵੀ ਆਪਾਂ ਖਾਦਾਂ ਪਾਉਣੀਆਂ ਹਨ ਮਿੱਟੀ ਪਰਖ ਦੇ ਆਧਾਰ 'ਤੇ ਪਾਉਣੀਆਂ ਹਨ। ਜੇ ਆਪਣੀ ਮਿੱਟੀ ਪਰਖ ਕੀਤੀ ਹੋਏਗੀ ਜਾਂ ਟੈਸਟ ਕਰਵਾਈ ਹੋਵੇਗੀ ਉਸ ਦੇ ਆਧਾਰ 'ਤੇ ਪਾਵਾਂਗੇ ਤਾਂ ਹੋ ਸਕਦਾ ਆਪਾਂ ਨੂੰ ਘੱਟ ਖਾਦਾਂ ਦੀ ਲੋੜ ਪਵੇ ਅਤੇ ਆਪਣੇ ਖਰਚੇ ਬਚ ਜਾਣ। ਜੇ ਆਪਾਂ ਬਿਨਾਂ ਮਿੱਟੀ ਟੈਸਟ ਕਰਾਏ ਖਾਦਾਂ ਪਾਉਣੀਆਂ ਹਨ ਤਾਂ ਆਪਣੇ ਖਰਚੇ ਵੱਧ ਜਾਂਦੇ ਹਨ। ਸੋ ਇਸ ਲਈ ਮਿੱਟੀ ਟੈਸਟ ਕਰਾਉਣੀ ਬਹੁਤ ਜ਼ਰੂਰੀ ਹੈ। ਯੂਰੀਏ ਦੀ ਖਾਸ ਕਰਕੇ ਝੋਨੇ ਦੇ ਵਿੱਚ ਆਪਾਂ ਜ਼ਿਆਦਾ ਵਰਤੋਂ ਕਰਦੇ ਹਾਂ। ਇਸ ਦੀ ਬਚਤ ਲਈ ਆਪਾਂ ਨੂੰ ਪੱਤਾ ਰੰਗ ਚਾਟ, ਲੀਫ ਕਲਰ ਚਾਟ ਵੀ ਕਹਿੰਦੇ ਹਨ, ਉਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਆਪਣਾ ਕਾਫ਼ੀ ਹੱਦ ਤੱਕ ਯੂਰੀਏ ਖਾਦ ਬਚ ਜਾਂਦੀ ਹੈ ਅਤੇ ਆਪਣਾ ਖਰਚਾ ਵੀ ਵੱਧ ਜਾਂਦਾ ਹੈ। ਦੋਸਤੋ ਅਜਿਹੀਆਂ ਕੁਛ ਗੱਲਾਂ ਸੀ। ਇਸ ਤੋਂ ਇਲਾਵਾ ਬੀਜ ਸੋਧ ਬਾਰੇ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ 20 ਗ੍ਰਾਮ ਵੈਸਟਰਨ, 1 ਗ੍ਰਾਮ ਸਟੈਪਟੋਸਾਈਕਲਿਨ, 10 ਲੀਟਰ ਪਾਣੀ ਚ 8-10 ਕਿਲੋ ਬੀਜ ਘੋਲ ਕੇ ਬਸ ਉਹਦੀ ਟੈਸਟਿੰਗ ਕਰ ਸਕਦੇ ਹਾਂ, ਸੀ ਟ੍ਰੀਟਮੈਂਟ ਕਰ ਸਕਦੇ ਹਾਂ। ਇਹੀ ਕੁਛ ਗੱਲਾਂ ਸੀ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ। ਇਸ ਤੋਂ ਇਲਾਵਾ ਜੇ ਕੋਈ ਤੁਹਾਡਾ ਹੋਰ ਸਵਾਲ ਹੋਵੇ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਧੰਨਵਾਦ।